ਪਹਿਲਾਂ ਖਾਧਾ ਚਿਕਨ ਨਾਲ ਰੱਜ ਕੇ ਪੀਤੀ ਬੀਅਰ, ਫਿਰ ਚੋਰੀ ਕੀਤੇ 6 ਟ੍ਰਾਂਸਫਾਰਮਰ। ਜੀ ਹਾਂ, ਇਹ ਤਸਵੀਰਾਂ ਨੇ ਖੇਤਾਂ ਦੀਆਂ ਜਿਸ ਵਿੱਚ ਚੋਰਾਂ ਨੇ ਬੈਠ ਕੇ ਚਿਕਨ ਖਾਧਾ, ਬੀਅਰ ਪੀਤੀ ਤੇ ਫਿਰ ਇੱਕੋ ਹੀ ਰਾਤ ਵਿੱਚ 6 ਟ੍ਰਾਂਸਫਾਰਮ ਚੋਰੀ ਕਰਕੇ ਇੱਥੋਂ ਫਰਾਰ ਹੋ ਗਏ। ਜਦੋਂ ਪਿੰਡ ਵਾਲੇ ਸਵੇਰੇ ਉੱਠ ਕੇ ਖੇਤਾਂ 'ਚ ਆਏ ਤਾਂ ਦੇਖ ਕੇ ਉਹਨਾਂ ਦੇ ਹੋਸ਼ ਉੜ ਗਏ। ਜ਼ਿਆਦਾ ਹੈਰਾਨੀ ਇਸ ਗੱਲ ਦੀ ਸੀ ਕਿ ਚੋਰਾਂ ਦੇ ਵੱਲੋਂ ਜਿੱਥੇ 6 ਟ੍ਰਾਂਸਫਾਰਮ ਚੋਰੀ ਕੀਤੇ ਗਏ ਉੱਥੇ ਪਹਿਲਾਂ ਇੱਥੇ ਅਯਾਸ਼ੀ ਕੀਤੀ ਗਈ। ਚਿਕਨ ਖਾਧਾ ਗਿਆ, ਬੀਅਰ ਪੀਤੀ ਗਈ ਤੇ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਹੜੇ ਟ੍ਰਾਂਸਫਾਰਮ ਇਹਨਾਂ ਚੋਰਾਂ ਦੇ ਵੱਲੋਂ ਚੋਰੀ ਕੀਤੇ ਗਏ ਨੇ, ਉਹ ਕਿਸਾਨਾਂ ਦੀਆਂ ਮੋਟਰਾਂ ਦੇ ਨਾਲ ਜੁੜੇ ਹੋਏ ਸਨ, ਜਿਸ ਕਰਕੇ ਹੁਣ ਕਿਸਾਨਾਂ ਨੂੰ ਵੱਡੀ ਦਿੱਕਤ ਪੇਸ਼ ਆ ਰਹੀ ਹੈ। ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਵੜਿੰਗ ਦੀਆਂ ਨੇ, ਜਿੱਥੇ ਇੱਕੋ ਹੀ ਰਾਤ ਦੇ ਵਿੱਚ ਚੋਰ ਪਹਿਲਾਂ ਅਯਾਸ਼ੀ ਕਰਦੇ ਨੇ ਤੇ ਫਿਰ ਟ੍ਰਾਂਸਫਾਰਮ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਚੋਰ ਰੇਕੀ ਕਰਿਆ ਕਰਦੇ ਸਨ ਤੇ ਫਿਰ ਚੋਰੀ ਕਰਦੇ ਸਨ, ਪਰ ਹੁਣ ਤਾਂ ਬੇਖੌਫ ਹੋ ਕੇ ਪਹਿਲਾਂ ਅਯਾਸ਼ੀ ਕਰਦੇ ਨੇ, ਖਾਂਦੇ ਪੀਂਦੇ ਨੇ ਤੇ ਫਿਰ ਚੋਰੀ ਦੀ ਵਾਰਦਾਤ ਵੀ ਕਰ ਜਾਂਦੇ ਨੇ। ਪਿੰਡ ਵਾਸੀਆਂ ਦੇ ਵੱਲੋਂ ਇੱਥੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਟ੍ਰਾਂਸਫਾਰਮਰ ਦੀ ਰਾਖੀ ਉਹ ਖੁਦ ਨਹੀਂ ਕਰ ਸਕਦੇ, ਇਸ ਲਈ ਚੋਰਾਂ ਦੇ ਖਿਲਾਫ ਥੋੜੀ ਸਖਤੀ ਦਿਖਾਈ ਜਾਏ ਤੇ ਜਲਦ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਸਬਕ ਸਿਖਾਇਆ ਜਾਏ। ਟ੍ਰਾਂਸਫਾਰਮਰ ਚੋਰੀ ਹੋ ਗਈ ਜੀ, ਤੇ ਅਸੀਂ ਰਾਤ ਨੂੰ ਖੇਤਾਂ 'ਚ ਨਿਗਰਾਨੀ ਨਹੀਂ ਰੱਖ ਸਕਦੇ। ਸਰਕਾਰ ਨੂੰ ਇਹੀ ਬੇਨਤੀ ਹੈ ਬਈ ਇਹ ਸਾਨੂੰ ਇਹਦਾ ਹੱਲ ਕੀਤਾ ਜਾਵੇ। ਇਹ ਚਿੱਟੇ ਪੀਣ ਵਾਲੇ ਜਿੰਨੇ ਵੀ ਲੋਕ ਹੈ ਸਭ ਰਾਤ ਨੂੰ ਜੀ ਚੋਰੀਆਂ ਕਰਦੇ, ਸਾਨੂੰ ਬਹੁਤ ਮੁਸ਼ਕਲਾਂ ਆਉਂਦੀਆਂ। ਰਿਆਸਤ ਨੂੰ ਬੇਨਤੀ ਹੈ ਕਿ ਨਸ਼ੇ 'ਤੇ ਰੋਕ ਲਾਈ ਜਾਵੇ ਅਤੇ ਸਾਨੂੰ ਇਹਦਾ ਹੱਲ ਕੋਈ ਸਾਡਾ ਕੀਤਾ ਜਾਵੇ ਜੀ। ਅਸੀਂ ਖੇਤਾਂ 'ਚ ਰਾਤ ਨੂੰ ਨਹੀਂ ਆ ਸਕਦੇ ਜੀ, ਚੋਰੀਆਂ ਦਿਨੋਂ ਦਿਨ ਬਹੁਤ ਵੱਧ ਰਹੀਆਂ ਜੀ। ਕਿੰਨੇ ਟ੍ਰਾਂਸਫਾਰਮ ਚੋਰੀ ਹੋਏ? ਇਹ ਲਗਭਗ ਜੀ 6-7 ਟ੍ਰਾਂਸਫਾਰਮ ਚੋਰੀ ਹੋ ਗਏ ਜੀ ਰਾਤ, ਅਤੇ ਸਾਰੇ ਲੈ ਗਏ ਜੀ, ਸਾਰਾ ਸਮਾਨ ਲੈ ਗਏ ਜੀ ਕੱਢ ਕੇ। ਲੋਕਾਂ ਕੋਲ ਜੀ ਮਾਮਲਿਆਂ 'ਤੇ ਪੈਲੀਆਂ ਜੀ, ਬਹੁਤ ਦੁਖੀ ਹੈ ਜੀ ਲੋਕ, ਅਤੇ ਅੱਗੇ ਹੀ ਨਹੀਂ ਕੋਈ ਸਰਕਾਰ ਤਾਂ ਉੱਤਾ ਵੱਜਦੀ ਜੀ, ਚੋਰਾਂ 'ਤੇ ਮਾੜਾ ਮੋਟਾ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਅਤੇ ਰਾਤ ਹੀ ਬੀਤੀ ਰਾਤ, ਸਾਰੀ ਰਾਤ ਚੋਰਾਂ ਨੇ ਬਹੁਤ ਨੁਕਸਾਨ ਕਰਕੇ ਟ੍ਰਾਂਸਫਾਰਮਰ ਲੈ ਗਏ, ਲਾ ਕੇ ਇੱਕ ਮੇਰਾ ਲੈ ਗਿਆ, ਇੱਕ ਨੰਬਰਦਾਰ ਗੁਰਮੇਲ ਸਿੰਘ ਦਾ ਲੈ ਗਿਆ, ਲਾ ਕੇ ਰੋਡ ਦੇ ਉੱਤੇ ਸੀ, ਬੇਕੌਫ ਹੋ ਕੇ ਖੋਲ੍ਹਿਆ, ਕਿਸੇ ਨੂੰ ਕੋਈ ਡਰ ਨਹੀਂ, ਕੋਈ ਹਜੇ ਇੱਕ ਨਾਟ ਖੋਲ੍ਹ ਕੇ ਲੈ ਕੇ ਗਏ ਚੋਰੀ ਕਰਕੇ। ਇਸ ਕਰਕੇ ਮੈਨੂੰ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਟ੍ਰਾਂਸਫਾਰਮਰਾਂ ਦੀ ਚੋਰਾਂ 'ਤੇ ਨੱਥ ਪਾਈ ਜਾਵੇ ਅਤੇ ਮੇਰਾ ਟ੍ਰਾਂਸਫਾਰਮ ਸਰਕਾਰ ਅਤੇ ਬਿਜਲੀ ਮਹਿਕਮਾ ਦੀ ਕਿਰਪਾ ਬੇਨਤੀ ਹੈ ਵੀ ਦਿੱਤਾ ਜਾਵੇ। ਪਹਿਲਾਂ ਖਾਧਾ ਚਿਕਨ ਨਾਲ ਰੱਜ ਕੇ ਪੀਤੀ ਬੀਅਰ, ਫਿਰ ਚੋਰੀ ਕੀਤੇ 6 ਟ੍ਰਾਂਸਫਾਰਮਰ। ਜੀ ਹਾਂ, ਇਹ ਤਸਵੀਰਾਂ ਨੇ ਖੇਤਾਂ ਦੀਆਂ ਜਿਸ ਵਿੱਚ ਚੋਰਾਂ ਨੇ ਬੈਠ ਕੇ ਚਿਕਨ ਖਾਧਾ, ਬੀਅਰ ਪੀਤੀ ਤੇ ਫਿਰ ਇੱਕੋ ਹੀ ਰਾਤ ਵਿੱਚ 6 ਟ੍ਰਾਂਸਫਾਰਮ ਚੋਰੀ ਕਰਕੇ ਇੱਥੋਂ ਫਰਾਰ ਹੋ ਗਏ। ਜਦੋਂ ਪਿੰਡ ਵਾਲੇ ਸਵੇਰੇ ਉੱਠ ਕੇ ਖੇਤਾਂ 'ਚ ਆਏ ਤਾਂ ਦੇਖ ਕੇ ਉਹਨਾਂ ਦੇ ਹੋਸ਼ ਉੜ ਗਏ। ਜ਼ਿਆਦਾ ਹੈਰਾਨੀ ਇਸ ਗੱਲ ਦੀ ਸੀ ਕਿ ਚੋਰਾਂ ਦੇ ਵੱਲੋਂ ਜਿੱਥੇ 6 ਟ੍ਰਾਂਸਫਾਰਮ ਚੋਰੀ ਕੀਤੇ ਗਏ ਉੱਥੇ ਪਹਿਲਾਂ ਇੱਥੇ ਅਯਾਸ਼ੀ ਕੀਤੀ ਗਈ। ਚਿਕਨ ਖਾਧਾ ਗਿਆ, ਬੀਅਰ ਪੀਤੀ ਗਈ ਤੇ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਹੜੇ ਟ੍ਰਾਂਸਫਾਰਮ ਇਹਨਾਂ ਚੋਰਾਂ ਦੇ ਵੱਲੋਂ ਚੋਰੀ ਕੀਤੇ ਗਏ ਨੇ, ਉਹ ਕਿਸਾਨਾਂ ਦੀਆਂ ਮੋਟਰਾਂ ਦੇ ਨਾਲ ਜੁੜੇ ਹੋਏ ਸਨ, ਜਿਸ ਕਰਕੇ ਹੁਣ ਕਿਸਾਨਾਂ ਨੂੰ ਵੱਡੀ ਦਿੱਕਤ ਪੇਸ਼ ਆ ਰਹੀ ਹੈ। ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਵੜਿੰਗ ਦੀਆਂ ਨੇ, ਜਿੱਥੇ ਇੱਕੋ ਹੀ ਰਾਤ ਦੇ ਵਿੱਚ ਚੋਰ ਪਹਿਲਾਂ ਅਯਾਸ਼ੀ ਕਰਦੇ ਨੇ ਤੇ ਫਿਰ ਟ੍ਰਾਂਸਫਾਰਮ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਚੋਰ ਰੇਕੀ ਕਰਿਆ ਕਰਦੇ ਸਨ ਤੇ ਫਿਰ ਚੋਰੀ ਕਰਦੇ ਸਨ, ਪਰ ਹੁਣ ਤਾਂ
ਬੇਖੌਫ ਹੋ ਕੇ ਪਹਿਲਾਂ ਅਯਾਸ਼ੀ ਕਰਦੇ ਨੇ, ਖਾਂਦੇ ਪੀਂਦੇ ਨੇ ਤੇ ਫਿਰ ਚੋਰੀ ਦੀ ਵਾਰਦਾਤ ਵੀ ਕਰ ਜਾਂਦੇ ਨੇ। ਪਿੰਡ ਵਾਸੀਆਂ ਦੇ ਵੱਲੋਂ ਇੱਥੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਟ੍ਰਾਂਸਫਾਰਮਰ ਦੀ ਰਾਖੀ ਉਹ ਖੁਦ ਨਹੀਂ ਕਰ ਸਕਦੇ, ਇਸ ਲਈ ਚੋਰਾਂ ਦੇ ਖਿਲਾਫ ਥੋੜੀ ਸਖਤੀ ਦਿਖਾਈ ਜਾਏ ਤੇ ਜਲਦ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਸਬਕ ਸਿਖਾਇਆ ਜਾਏ। ਟ੍ਰਾਂਸਫਾਰਮਰ ਚੋਰੀ ਹੋ ਗਏ ਜੀ, ਤੇ ਅਸੀਂ ਰਾਤ ਨੂੰ ਖੇਤਾਂ 'ਚ ਨਿਗਰਾਨੀ ਨਹੀਂ ਰੱਖ ਸਕਦੇ। ਸਰਕਾਰ ਨੂੰ ਇਹੀ ਬੇਨਤੀ ਹੈ ਬਈ ਇਹ ਸਾਨੂੰ ਇਹਦਾ ਹੱਲ ਕੀਤਾ ਜਾਵੇ। ਇਹ ਚਿੱਟੇ ਪੀਣ ਵਾਲੇ ਜਿੰਨੇ ਵੀ ਲੋਕ ਹੈ ਸਭ ਰਾਤ ਨੂੰ ਜੀ ਚੋਰੀਆਂ ਕਰਦੇ, ਸਾਨੂੰ ਬਹੁਤ ਮੁਸ਼ਕਲਾਂ ਆਉਂਦੀਆਂ। ਰਿਆਸਤ ਨੂੰ ਬੇਨਤੀ ਹੈ ਕਿ ਨਸ਼ੇ 'ਤੇ ਰੋਕ ਲਾਈ ਜਾਵੇ ਅਤੇ ਸਾਨੂੰ ਇਹਦਾ ਹੱਲ ਕੋਈ ਸਾਡਾ ਕੀਤਾ ਜਾਵੇ ਜੀ। ਅਸੀਂ ਖੇਤਾਂ 'ਚ ਰਾਤ ਨੂੰ ਨਹੀਂ ਆ ਸਕਦੇ ਜੀ, ਚੋਰੀਆਂ ਦਿਨੋਂ ਦਿਨ ਬਹੁਤ ਵੱਧ ਰਹੀਆਂ ਜੀ। ਕਿੰਨੇ ਟ੍ਰਾਂਸਫਾਰਮਰ ਚੋਰੀ ਹੋਏ? ਇਹ ਲਗਭਗ ਜੀ 6-7 ਟ੍ਰਾਂਸਫਾਰਮਰ ਚੋਰੀ ਹੋ ਗਏ ਜੀ ਰਾਤ, ਅਤੇ ਸਾਰੇ ਲੈ ਗਏ ਜੀ, ਸਾਰਾ ਸਮਾਨ ਲੈ ਗਏ ਜੀ ਕੱਢ ਕੇ। ਲੋਕਾਂ ਕੋਲ ਜੀ ਮਾਮਲਿਆਂ 'ਤੇ ਪੈ ਲਈਆਂ ਜੀ, ਬਹੁਤ ਦੁਖੀ ਹੈ ਜੀ ਲੋਕ, ਅਤੇ ਅੱਗੇ ਹੀ ਨਹੀਂ ਕੋਈ ਸਰਕਾਰ ਤਾਂ ਉੱਤਾ ਵੱਜਦੀ ਜੀ, ਚੋਰਾਂ 'ਤੇ ਮਾੜਾ ਮੋਟਾ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਅਤੇ ਰਾਤ ਹੀ ਬੀਤੀ ਰਾਤ, ਸਾਰੀ ਰਾਤ ਚੋਰਾਂ ਨੇ ਬਹੁਤ ਨੁਕਸਾਨ ਕਰਕੇ ਟ੍ਰਾਂਸਫਾਰਮਰ ਲੈ ਗਏ, ਲਾ ਕੇ ਇੱਕ ਮੇਰਾ ਲੈ ਗਿਆ, ਇੱਕ ਨੰਬਰਦਾਰ ਗੁਰਮੇਲ ਸਿੰਘ ਦਾ ਲੈ ਗਿਆ, ਲਾ ਕੇ ਰੋਡ ਦੇ ਉੱਤੇ ਸੀ, ਬੇਕੌਫ ਹੋ ਕੇ ਖੋਲ੍ਹਿਆ, ਕਿਸੇ ਨੂੰ ਕੋਈ ਡਰ ਨਹੀਂ, ਕੋਈ ਹਜੇ ਇੱਕ ਨਟ ਖੋਲ੍ਹ ਕੇ ਲੈ ਕੇ ਗਏ ਚੋਰੀ ਕਰਕੇ। ਇਸ ਕਰਕੇ ਮੈਨੂੰ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਟ੍ਰਾਂਸਫਾਰਮਰਾਂ ਦੀ ਚੋਰਾਂ 'ਤੇ ਨੱਥ ਪਾਈ ਜਾਵੇ, ਅਤੇ ਮੇਰਾ ਟ੍ਰਾਂਸਫਾਰਮ ਸਰਕਾਰ ਅਤੇ ਬਿਜਲੀ ਮਹਿਕਮਾ ਦੀ ਕਿਰਪਾ ਬੇਨਤੀ ਹੈ ਵੀ ਦਿੱਤਾ ਜਾਵੇ।